ਆ ਤੁਹਾਡਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ, ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ, ਇੱਥੇ ਨਲਕਾ ਲਵਾਇਆ ਨਹੀਂ ਕੋਈ। ਇਟਸ ਨਾਟ ਏ 9 to 5 ਜੋਬ ਮਿਸਟਰ ਸਨੀ ਦਿਓਲ। ਸਨੀ ਦਿਓਲ ਸਾਹਿਬ, ਇਹ 9 to 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ, 24 ਘੰਟੇ ਡਿਊਟੀ ਹੈ। ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਵੇ, ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ 'ਚ ਦਾਖਲ ਕਰਾਉਣਾ ਪੈ ਜਾਵੇ, ਉੱਥੇ ਫੋਨ ਕਰਨਾ ਪੈ ਜਾਵੇ। ਇਹ ਨਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ, ਗੱਲ ਨਹੀਂ ਬਾਤ ਨਹੀਂ ਆ ਕੇ ਵੋਟ ਤੁਸੀਂ ਵੀ। ਮੈਂ ਹੁਣ ਕੀ ਕਹਾਂ ਯਾਰ, ਮੈਂ ਨਹੀਂ ਬੋਲਦਾ ਯਾਰ, ਹੁੰਦਾ ਨਹੀਂ ਵੀ ਮੈਂ ਤੁਹਾਡੇ ਨਾਲ ਰੁੱਸਿਆ ਹੋਇਆ, ਉਹ ਗੱਲ ਹੈ ਯਾਰ। ਕੋਈ ਦੇਖ ਤਾਂ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ। ਤੁਹਾਡਾ ਉਹ ਚੱਕ ਕੇ ਭੇਜ ਤਾਂ ਕਦੇ ਆਇਆ, ਚਲੋ ਇੱਥੇ ਛੱਡੋ, ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ। ਮੈਂ ਵੀ ਰਿਹਾ 14 to 22 ਤੱਕ, 19 'ਚ ਭੇਜਿਆ ਤੁਸੀਂ ਉਹਨੂੰ, 3 ਸਾਲ 'ਚ ਮੈਂ ਨਹੀਂ ਦੇਖਿਆ ਕਦੇ ਉਹ। ਫਿਰ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ? ਤੁਸੀਂ MP ਨੂੰ ਦੱਸੋ, MP ਜਿਹੜਾ ਹੁੰਦਾ ਲੋਕਾਂ 'ਚ ਅਤੇ ਸਰਕਾਰ 'ਚ ਬ੍ਰਿਜ ਹੁੰਦਾ MP। ਮੈਂ ਸੰਗਰੂਰ ਦੇ ਵਪਾਰੀਆਂ ਨੇ, ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਹਾ, ਕਦੇ ਕਿਸੇ ਮਿਨਿਸਟਰ ਕੋਲ, ਕਦੇ ਕਿਸੇ ਮਿਨਿਸਟਰ ਕੋਲ। MP ਦਾ ਹੱਕ ਬਣਦਾ। ਤੁਸੀਂ ਇੱਥੇ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾ ਤਾ, ਮੁੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ। ਹੱਦ ਹੈ। ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ, ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ, ਕਮਾਲ ਹੈ, ਆਪਦੇ ਹਲਕੇ 'ਚ ਆ ਜਾ ਯਾਰ। ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ, ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ। ਹੁਣ ਵੋਟ ਨੂੰ ਕੋਈ ਐਂ ਨਾ ਸਮਝ ਲਿਓ ਕਿ ਵੋਟ ਇੱਕ ਵੋਟਿੰਗ ਡੇ ਹੈ, ਉਹਦੇ ਸੁੱਚ ਦੱਬਣੀ ਹੈ। ਨਾ 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 ਨਾ, ਤੁਹਾਡੇ ਵੋਟਰ ਕਾਰਡਾਂ 'ਤੇ ਭਗਤ ਸਿੰਘ ਦੇ, ਸ਼ਹੀਦ ਭਗਤ ਸਿੰਘ, ਰਾਜਗੁਰੂ ਸਿੱਧੇ, ਕਰਤਾਰ ਸਿੰਘ ਸਰਾਭੇ, ਲਾਲਾ ਲਾਜਪਤ ਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ। ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ, ਚੱਕ ਕੇ ਕਿਸੇ ਨੂੰ ਵੀ ਪਾ ਦਿੰਦੇ ਹਾਂ ਯਾਰ ਆਪਾਂ। ਉਹ ਪਾਰਟੀਆਂ ਕੀ ਸਮਝਦੇ ਨੇ, ਗੁਰਦਾਸਪੁਰ ਵਾਲੇ ਹੈ ਫੇਮਸ ਬੰਦੇ ਕੋਲ ਡਾਲ ਦਿੱਤੇ ਆ, ਹੁਣ ਕਿਸੇ ਹੋਰ ਨੂੰ ਲਿਆਉਣਗੇ ਇੱਥੇ, ਉਹਨਾਂ ਨੂੰ ਪਾ ਦਿਓ, ਫਿਰ ਭਾਲਦੇ ਰਹੋ ਵੀ ਕਿੱਥੇ। ਬੰਦੇ ਆਪਦੇ 'ਚੋਂ ਜਿਤਾਓ, ਬੰਦੇ ਆਪਦੇ 'ਚੋਂ ਖੜੇ ਕਰੋ, ਆਪਦੇ 'ਚੋਂ ਨਿਕਲੋ, ਆਪ ਨਿਕਲੋ, ਆਪ ਫੁੱਟੋ। ਆਂਡੇ ਦੀ ਕਿਸਮਤ 'ਚ ਆਂਡਾ ਜਿਹੜਾ ਨਾ, ਜਿਹੜਾ ਵੀ ਆਂਡਾ ਮੁਰਗੀ ਦਾ ਭਾਵੇਂ, ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਹੈ। ਆਂਡੇ ਨੇ ਆ ਗੱਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ, ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ, ਆਂਡੇ ਨੇ ਟੁੱਟਣੇ ਟੁੱਟਣਾ। ਫਰਕ ਇੰਨਾ ਕਹਿ, ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਅੰਦਰਲੀ ਜ਼ਿੰਦਗੀ ਖਤਮ, ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ। ਇੰਨਾ ਫਰਕ ਹੈ, ਅੰਦਰੋਂ ਫੁੱਟੋ, ਆਪ ਫੁੱਟੋ। ਕੀ ਗੱਲ ਵੀ, ਤੁਹਾਡੇ 'ਚੋਂ ਕਿਉਂ ਨਹੀਂ ਬਣ ਸਕਦਾ ਕੋਈ MP? ਬੰਬੇ ਤੋਂ ਲੈਣਾ ਜ਼ਰੂਰੀ ਹੈ? ਤੁਹਾਡੇ 'ਚੋਂ ਕਿਉਂ ਨਹੀਂ ਬਣ ਸਕਦੇ MLA? ਆ ਬਣੇ ਨੇ, ਭੋਏ ਵਾਲੇ ਬੈਠੇ ਆ, ਉਹ ਕਰਤਾਰਪੁਰ ਵਾਲੇ ਬੈਠੇ ਆ। ਕੀ ਗੱਲ, ਤੁਹਾਡੇ 'ਚ ਕਿਉਂ ਨਹੀਂ ਬਣ ਸਕਦੇ ਬਈ? ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ? ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ? ਕੀ ਕਹਿੰਦੇ ਸੀ ਪਹਿਲਾਂ, ਭਗਵੰਤ ਮਾਨ ਕੋਲ ਤਜਰਬਾ ਨਹੀਂ। ਮੈਂ ਕਿਹਾ ਲੋਕ ਦੁਖੀ ਹੋਏ ਤਜਰਬੇਕਾਰਾਂ ਤੋਂ ਨੇ।
ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ, ਚੱਲ ਗਈ, ਬਿਜਲੀ ਨਹੀਂ ਫ੍ਰੀ ਹੋਣੀ, ਹੋ ਗਈ, ਸਾਲ ਨਹੀਂ ਕੱਟਦਾ, ਸਾਲ ਵੀ ਕੱਟ ਲਿਆ, ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ, ਦੂਜਾ ਵੀ ਲੱਗ ਗਿਆ, 2 ਸਾਲ ਤੋਂ ਪਹਿਲਾਂ ਸਿੱਟ ਲੈਣਾ ਕੰਮ, ਜਲੰਧਰ ਨਹੀਂ ਜਿੱਤ ਸਕਦੇ, ਜਿੱਤ ਲਈ। ਹੁਣ ਕਹਿੰਦੇ ਲੋਕ ਸਭਾ 'ਚ ਦੇਖਿਓ, ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ, ਮੈਂ ਤੁਹਾਡੇ ਬਿਹਾਫ 'ਤੇ ਕਹਿੰਦਾ, ਮੈਂ ਮਾਣ ਨਾਲ ਕਹਿੰਦਾ, ਪ੍ਰਾਊਡ ਨਾਲ ਨਹੀਂ ਕਹਿੰਦਾ। ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ 'ਚ, ਕਿਉਂਕਿ ਤਾਂ ਲੋਕਾਂ ਜਾਂਦੇ ਨਹੀਂ ਨਾ, ਇਹ ਤਾਂ ਕੌਨਵੈਂਟ ਸਕੂਲਾਂ 'ਚ ਪੜ੍ਹੇ ਨੇ, ਪੰਜਾਬੀ ਬੋਲਣੀ ਨਹੀਂ ਆਉਂਦੀ। ਉਹ ਕਹਿ ਦਿੰਦੀ ਆ ਹਰਸਿਮਰਤ ਕੌਰ, ਪਹਿਲਾਂ ਚੋਨਾ ਫਿਰ ਚੋਨਾ। ਮੈਂ ਕਿਹਾ ਦੁਬਾਰਾ ਕਰੀ, ਕਹਿੰਦੇ ਚੋਨਾ ਫਿਰ ਚੋਨਾ। ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਣਾਂ ਕਹਿੰਦੀ ਹੈ, ਪਤਾ ਹੀ ਨਹੀਂ। देश और दुनिया की तमाम बड़ी खबरों से जुड़े रहने के लिए लाइक करें, सब्सक्राइब करें यूट्यूब पर सच को हिंदी चैनल, और बेल आइकन दबाकर पाएं लेटेस्ट अपडेट सबसे पहले।